ਫਿਰੋਜ਼ਪੁਰ ਦੇ ਪਿੰਡ ਹਬੀਬ ਦੇ ਵਿੱਚ ਸਤਲੁਜ ਦਰਿਆ ਦੇ ਬੰਨ੍ਹ ਦੇ ਹੇਠਾਂ ਤੋਂ ਪਾਣੀ ਵਗਣਾ ਸ਼ੁਰੂ ਹੋ ਗਿਆ, ਜਿਸ ਕਾਰਨ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ। ਇਸ ਮੌਕੇ 'ਤੇ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਦੂਜੇ ਪਾਸੇ ਤੁਸੀ ਬੰਨ੍ਹ ਤੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਅਤੇ ਜੇਕਰ ਜਲਦੀ ਕੋਈ ਪ੍ਰਬੰਧ ਨਾ ਕੀਤੇ ਗਏ ਤਾਂ ਬੰਨ੍ਹ ਕਿਸੇ ਵੀ ਵੇਲੇ ਟੁੱਟ ਸਕਦਾ ਹੈ, ਕਿਉਂਕਿ ਪਾਣੀ ਦਾ ਪੱਧਰ ਵੱਧ ਗਿਆ ਅਤੇ ਜੇਕਰ ਬੰਨ੍ਹ ਟੁੱਟਦਾ ਹੈ ਤਾਂ ਕਈ ਪਿੰਡ ਪਾਣੀ ਦੀ ਮਾਰ ਹੇਠ ਆ ਸਕਦੇ ਨੇ। ਇਸ ਦੇ ਨਾਲ ਹੀ ਫਿਰੋਜ਼ਪੁਰ ਸ਼ਹਿਰ ਵੀ ਪਾਣੀ ਦੀ ਮਾਰ ਹੇਠ ਆ ਜਾਵੇਗਾ। ਇਸ ਦੇ ਨਾਲ ਹੀ ਲੋਕਾਂ ਨੇ ਦੱਸਿਆ ਕਿ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਠੋਸ ਪ੍ਰਬੰਧ ਨਹੀਂ ਕੀਤਾ। ਉੱਥੇ ਇਸ ਮੌਕੇ 'ਤੇ ਜਦੋਂ SDM ਪਹੁੰਚੇ ਤਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਜਿਹਾ ਕੁਛ ਨਹੀਂ ਹੈ, ਬੰਨ੍ਹ ਬਿਲਕੁਲ ਸਹੀ ਹੈ ਅਤੇ ਕੁਝ ਪਾਣੀ ਦਾ ਪੱਧਰ ਵਹਿ ਗਿਆ ਜਿੱਥੇ ਮਿੱਟੀ ਪਾ ਕੇ ਠੀਕ ਕਰਨਾ ਪੈਂਦਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕ ਅਫਵਾਹਾਂ 'ਤੇ ਧਿਆਨ ਨਾ ਦੇਣ ਅਤੇ ਡੈਮ ਬਿਲਕੁਲ ਸਹੀ ਹੈ ਅਤੇ ਉਹਨਾਂ ਦੇ ਵੱਲੋਂ ਠੋਸ ਪ੍ਰਬੰਧ ਕੀਤੇ ਜਾ ਰਹੇ ਨੇ। ਗਿਣਤੀ ਹੈ ਵੀ ਬੰਨ ਤਾਂ ਵੈਸੇ ਖਤਮ ਹੀ ਹੋਏ ਪਏ, ਅੱਜ ਤੋਂ 20 ਸਾਲ ਅਸੀਂ ਪਹਿਲਾਂ 25 ਵੇਹਣੇ ਹੁੰਦੇ ਸੀ ਬੰਨ ਦੇ ਉੱਤੇ, ਨਾ ਡੰਗਰ ਨਹੀਂ ਚੜ੍ਹਨ ਦਿੰਦੇ, ਇੰਨੀ ਸਖਤੀ ਸੀ, ਦਰਖਤ ਸੀ ਬਹੁਤ ਜ਼ਿਆਦਾ। ਹੁਣ ਤਾਂ ਲੋਕਾਂ ਨੇ ਨਾ ਜਿਨ੍ਹਾਂ ਦੀਆਂ ਜ਼ਮੀਨਾਂ ਨਾਲ ਉਹਨਾਂ ਕਰਾ ਕੇ ਉੱਥੋਂ ਹੀ ਉਹ ਰੈਂਪ ਬਣਾ ਲਏ ਨੇ, ਉਹ ਬੰਨ ਤਾਂ ਵੈਸੇ ਖਤਮ ਹੀ ਨਾ ਦੇ ਬੰਨ ਜੀ। ਹੁਣ ਉਹ ਪਿੰਡਾਂ ਦੇ ਨਾਲ ਜਿਹੜੇ ਬੰਨ ਲੱਗਦੇ ਉਹ ਲੋਕਾਂ ਨੇ ਖਿੱਚ ਕੇ ਘਰਾਂ 'ਚ ਮਿੱਟੀ ਪਾ ਲਈ ਜੀ, ਪ੍ਰਸ਼ਾਸਨ ਉਹਦੇ 'ਤੇ ਧਿਆਨ ਹੀ ਨਹੀਂ ਦਿੰਦਾ ਕੋਈ, ਬੰਨ ਤਾਂ ਬਿਲਕੁਲ ਖਤਮ ਹੈ ਜੀ। ਇਸ ਵਕਤ ਹਾਲਾਤ ਕੀ ਹੈ ਬੰਨ ਦੇ? ਇਸ ਟਾਈਮ ਤਾਂ ਜੀ ਇਹ ਜਦੋਂ ਮਰਜ਼ੀ ਪਾਣੀ ਬੰਨ ਟੁੱਟ ਸਕਦਾ ਹੈ, ਘੰਟਾ ਵੀ ਕੱਢ ਜੇ, ਦੋ ਵੀ ਕੱਢ ਜੇ, ਜੇ ਨਾ ਇੱਥੇ ਕੋਈ ਕਾਰਵਾਈ ਹੋਈ ਤਾਂ ਸ਼ਹਿਰ ਵੀ ਜਾਏਗਾ, ਪਿੰਡ ਤਾਂ ਜਾਣੇ ਜਾਣੇ, ਸ਼ਹਿਰ ਪਹਿਲਾਂ ਪਾਣੀ ਵੜੇਗਾ। ਕਦੂਨਾ ਦੂਜਾ ਜਿਹੜਾ ਬੰਦ ਉਹ ਬੰਨ ਬਿਲਕੁਲ ਖਤਮ ਆ, ਉਹ ਤਾਂ ਪਹਿਲਾਂ ਕੋਰੀ ਰੇਤਾ ਖਤਮ ਹੀ ਹੈ ਜੀ, ਉਹ ਤਾਂ ਬੰਨ ਇਹਦੇ ਬੰਨ ਦਾ ਮਾੜਾ ਮੋਟਾ ਰੇਚਾ ਹੈਗਾ, ਜੇ ਇਹ ਟੁੱਟ ਗਿਆ ਤਾਂ ਬਸ ਗਿਆ ਮਿੰਟੋ ਮਿੰਟੀ ਕੰਮ। ਮੰਗ ਪ੍ਰਸ਼ਾਸਨ ਤੋਂ ਇਹ ਵੀ ਇਹ ਬੰਨਾਂ ਵੱਲ ਧਿਆਨ ਦਿੱਤਾ ਜਾਵੇ, ਜਦੋਂ ਪਾਣੀ ਆਉਂਦਾ ਬਸ ਉਦੋਂ ਹੀ ਵਹਿੰਦੇ, ਉਦੋਂ ਬਾਅਦ ਕੋਈ ਨਾ ਹੀ ਨਹੀਂ ਲੈਂਦਾ, ਇਹਨਾਂ ਦੇ ਮਿੱਟੀ ਪਾਈ ਜਾਏ, ਇਹਨਾਂ ਦੇ ਨਾਲ ਗੱਟੇ ਆ ਜਿਹੜੀਆਂ ਨੋਚਾਂ ਅੱਗੇ ਨੂੰ ਵਧਾਈਆਂ ਜਾਣ, ਜੇ ਆ ਨੋਚਾਂ ਨਾ ਅੱਗੇ ਨੂੰ ਵਧਾਈਆਂ ਤਾਂ ਸ਼ਹਿਰ ਨੂੰ ਬਿਲਕੁਲ ਖਤਰਾ, ਇਹਦਾ ਬਿਲਕੁਲ ਖਤਮ ਹੋਇਆ ਪਿਆ, ਥੱਲਿਓਂ ਦਰਿਆ ਨੇ ਢਾਹ ਲਾ ਕੇ ਇਹਨੂੰ ਖਤਮ ਹੀ ਕਰਤਾ ਜੀ। ਮੇਰਾ ਨਾਮ ਬਲਵੀਰ ਸਿੰਘ ਜੀ। ਹਾਲਾਤਾਂ ਦੇ ਹਾਲ ਬਹੁਤ ਮਾੜੇ ਨੇ ਬਾਈ, ਵੀ ਇੱਧਰ ਤਾਂ ਫਾਇਦਾ ਕੋਈ ਨਹੀਂ, ਜਿਹੜੇ ਪਾਸੇ ਮਸ਼ੀਨ ਲਾਈ ਉਸ ਪਾਸੇ ਸਾਨੂੰ ਕੋਈ ਫਾਇਦਾ ਨਹੀਂ ਹੈਗਾ, ਠੀਕ ਹੈ ਨਾ। ਜਾਂ ਤਾਂ ਇਸ ਪਾਸੇ ਬੰਨ ਦੀ ਬਰਾਮਦੀ ਕੀਤੀ ਜਾਵੇ, ਕੁਛ ਵੀ ਕੀਤਾ ਜਾਵੇ, ਜਾਂ ਪੱਥਰ ਲਾਇਆ ਜਾਵੇ, ਜਾਂ ਇੰਦਰਾ ਵੀ ਗੱਟਾ ਵਗੈਰਾ ਲਾਇਆ ਜਾਵੇ, ਮਿੱਟੀ ਪਾਈ ਜਾਵੇ, ਸਾਨੂੰ ਇਸ ਪਾਸੇ ਤਾਂ ਕੋਈ ਜਿਹੜੀ ਮਸ਼ੀਨ ਲਾਈ ਕੋਈ ਵੀ ਫਾਇਦਾ ਵੀ ਨਹੀਂ, 1 ਰੁਪਈਆ ਵੀ ਨਹੀਂ ਫਾਇਦਾ ਹੈਗਾ। ਪਾਣੀ ਕਿਹੜੇ ਪਾਸੇ ਆ ਤਾਂ ਮਸ਼ੀਨ ਕਿਹੜੇ ਪਾਸੇ? ਮਸ਼ੀਨ ਪਿੰਡ ਵਾਲੇ ਪਾਸੇ ਮਸ਼ੀਨ ਲਾਈ ਹੈ, ਦੂਜੇ ਪਾਸੇ ਦਰਿਆ ਹੈਗਾ, ਦਰਿਆ ਵਾਲੇ ਪਾਸੇ ਮਸ਼ੀਨ ਚਾਹੀਦੀ ਸੀ ਕਿ ਬੰਨ ਪਿੰਡ ਵਾਲੇ ਪਾਸੇ ਚਾਹੀਦੀ ਸੀ? ਜੇ ਪਾਣੀ ਦੀ ਜੇ ਆਪਾਂ ਰੁਕਾਵਟ ਕਰਾਂਗੇ, ਜੇ ਦਰਿਆ ਵਾਲੇ ਪਾਸੋਂ ਹੋਊਗੀ ਤਾਂ ਬੰਨ ਵਾਲੇ ਪਾਸੇ ਪਿੰਡ ਵੀ ਰੁਕਾਵਟ ਪਊਗੀ। ਪਾਣੀ ਤਾਂ ਕਾਫੀ ਵਧਿਆ ਇੱਧਰ ਤਾਂ ਬਹੁਤ, ਇੱਧਰ ਜਨਤਾ ਵੇਖੋ ਕਿੰਨੀ ਜਨਤਾ ਇਕੱਠੀ ਹੋਈ ਹੈ। ਹਾਂ ਬੰਨ ਟੁੱਟਣ ਦਾ ਕੋਈ ਕੰਮ ਹੀ ਸਾਰਾ ਖਤਰੇ 'ਚ ਹੀ ਹੈ। ਉਹਨੇ ਆਇਆ ਹੈਗਾ ਵੀ ਦੇਖੀ ਜਾਂਦਾ, ਬਾਕੀ ਉਹਨੇ ਕੋਈ ਗੱਟਾ ਨਹੀਂ, ਕੋਈ ਵਗੈਰਾ ਨਹੀਂ, ਕੋਈ ਲਿਆਂਦਾ ਨਹੀਂ, ਕੋਈ ਕੁਛ ਨਹੀਂ ਲਿਆਂਦਾ। ਜੇ ਕੋਈ ਗੱਟਾ ਵਗੈਰਾ ਲਿਆਵੇ ਜਾਂ ਕੋਈ ਪੱਥਰ ਲਿਆਵੇ ਫਿਰ ਹੀ ਸਾਨੂੰ ਪਤਾ ਹੈਗਾ ਵੀ ਸਾਨੂੰ ਇੱਦਾਂ ਹੀ, ਅਸੀਂ ਵੇਖ ਪ੍ਰਸ਼ਾਸਨ ਨੇ ਵੇਖੀ ਜਾਵਾਂਗੇ ਵੀ ਕੀ ਕਰਨਾ। ਪਿੰਡ ਹੈਗੇ ਨੇ 7-8, ਦੁਲਚੀ ਕੇ ਹੋ ਗਿਆ, ਅਲੀ ਕੇ ਹੋ ਗਿਆ, ਝੁੱਗੇ ਹੋ ਗਿਆ, ਹਬੀਬ ਕੇ ਹੋ ਗਿਆ, ਕੁੰਡਿਆ ਹੋ ਗਿਆ, ਸਾਰੇ ਪਿੰਡ। ਹਾਂਜੀ ਅਤੇ ਮਿੱਟੀ ਮੰਗ ਕਰਦੇ ਵੀ ਸਾਨੂੰ ਪੱਥਰ ਮਿਲੇ, ਮਿੱਟੀ ਮਿਲੇ ਅਤੇ ਕੋਈ ਇਹਨੂੰ ਬਰਾਮਦੀ ਕਰੀ ਬੰਦ, ਜਾਂ ਜਿਹੜੇ ਉਸਰ ਆਏ ਨੇ ਕਰਨ ਬਰਾਮਦੀ। ਇਹਦੇ ਸਾਹਮਣੇ ਖੜ੍ਹੇ ਹਾਂ, ਮੇਰਾ ਪਿੰਡ ਹਬੀਬ ਕੇ। ਇਹ ਬੰਨ ਦੇ ਥੱਲਿਓਂ ਪਾਣੀ ਜਿੰਨਾ ਵੀ ਨਿਕਲ ਰਿਹਾ, ਇਹ ਕਿਸੇ ਵੇਲੇ ਵੀ ਬੰਨ ਦਾ ਨੁਕਸਾਨ ਹੋ ਸਕਦਾ ਹੈ ਅਤੇ ਆਹ ਜਿੰਨੀ ਜਨਤਾ ਸਾਰੀ ਇਸੇ ਕਰਕੇ ਵੇਖਣ ਲੱਗੀ ਹੈ, ਕੋਈ ਲੱਗੇ ਵੀ ਨੇ ਆਪਦੇ ਆਪ ਕੰਮ ਕਰਨ, ਪਰ ਨਹੀਂ, ਜੇ ਇੰਨਾ ਚਿਰ ਪ੍ਰਸ਼ਾਸਨ ਨਾ ਆ ਕੇ ਲੱਗੇਗਾ ਉਹਨਾਂ ਚਿਰ ਜਨਤਾ ਕੀ ਕਰੇਗੀ? ਜਨਤਾ ਦੇ ਪੱਲੇ ਉਹਨਾਂ ਚਿਰ ਕੁਛ ਵੀ ਨਹੀਂ ਹੈਗਾ। ਇਹ ਰਿਸ ਰਿਹਾ ਕਿੱਥੋਂ? ਹਬੀਬ ਕੇ ਦੇ ਨਾਲ ਹੀ ਹੈ ਪਿੰਡ, ਥੱਲੇ ਬੰਨ ਦੇ ਚੱਲ ਰਿਹਾ। ਜੇਕਰ ਕੋਈ ਗੇਟ ਵੀ ਚੱਕਿਆ ਜਾਂਦਾ ਥੋੜ੍ਹਾ ਜਿਹਾ ਪਾਣੀ ਡਾਊਨ ਹੋ ਜਾਵੇ ਤਾਂ ਆਟੋਮੈਟਿਕ ਫਰਕ ਪਏਗਾ ਕੁਛ ਨਾ ਕੁਛ, ਗੇਟਾਂ ਪਾਸੇ ਵੀ ਧਿਆਨ ਹੈ ਨਹੀਂ ਕਿਸੇ ਦਾ। ਪਾਣੀ ਵਧਿਆ, ਕਾਫੀ ਵਧਿਆ ਅੱਗੇ ਨਾਲੋਂ, ਇੱਦੋਂ ਅੱਗੇ ਪਾਣੀ ਕਿੰਨਾ ਚੱਲ ਰਿਹਾ ਅਤੇ ਹੁਣ 3 ਫੁੱਟ ਪਾਣੀ ਹੋਰ ਵਧਿਆ ਬੈਠਾ। ਅਗਰ ਇਹ ਪਾਣੀ ਜਿਹੜਾ ਹੈ ਕਿ ਵਧਣ ਦੇ ਨਾਲ ਜੇ ਬੰਦ ਆ, ਜਿਵੇਂ ਤੁਸੀਂ ਦੱਸ ਰਹੇ ਹੋ ਬੰਦ ਟੁੱਟਦਾ, ਤਾਂ ਕਿੰਨਾ ਕੁ ਨੁਕਸਾਨ? ਨੁਕਸਾਨ ਘੱਟੋ ਘੱਟ ਫਿਰੋਜ਼ਪੁਰ ਸ਼ਹਿਰ 4-5 ਪਿੰਡ ਨੇ ਸਾਡੇ ਇਸ ਏਰੀਏ 'ਚ ਵਿੱਚ, ਉਹ ਨਾਲ ਕੈਂਟ ਤੱਕ ਪਾਣੀ ਜਾਏਗਾ ਜੀ, ਕਾਫੀ ਤਬਾਹੀ ਹੋ। ਹਾਂ, ਕਾਫੀ ਤਬਾਹੀ ਹੋ ਸਕਦੀ ਹੈ। ਤੋਂ ਕੀ ਨਾਮ ਹੈ ਤੁਹਾਡਾ? ਓਮ ਪ੍ਰਕਾਸ਼। ਸਵੇਰੇ ਜਿਹੜੇ ਆਏ ਸੀ ਕਿ ਇੱਥੋਂ ਇੱਕ ਬ੍ਰੀਚ ਹੋਇਆ, ਅਤੇ ਕੋਈ ਬ੍ਰੀਚ ਨਹੀਂ ਹੋਇਆ, ਸੀਪੇਜ ਹੋਈ ਸੀ ਬੰਦ ਦੇ ਉੱਪਰ। ਉਹ ਇੱਥੇ ਐਕਸੀਅਲ ਸਾਹਿਬ ਵੀ ਆ ਗਏ ਨੇ, ਉਹ ਸਾਰੇ ਵੀ ਆਫਿਸਰਸ ਹੈਗੇ ਨੇ, ਅਤੇ ਉਹ ਅੰਡਰ ਕੰਟਰੋਲ ਹੈਗਾ।
जो जो कार्रवाई करनी बनती है वो की जा रही है। इस तरह की कोई अफवाह उपर ध्यान ना दिता जाए, सिचुएशन अंडर कंट्रोल चल रही है, तो कोई घबराने वाली गल नहीं। हबीबके है, हबीबके जेड़े सतलुज दरिया के कंडे से जोड़ा बन है वो थलों की सीपेज की जी सी जिसनों कंट्रोल हूँ कर लिया गया है। पानी ठीक चल रहा है जी, तकरीबन 57,000 क्यूसैक से हुसैनी वाले तो निकलिया थोड़ी देर देख, जिहड़ा पिछों पानी आ रहा है क्योंकि पिछले ब्यास सतलुज का पानी इकट्ठा होकर आ रहा है। ब्यास के पिछे जो फ्लैश फ्लड्स आने करके थोड़ा जहा पानी वध गया सीगा, पर हुण पिछों सारा निकल रहा है कंट्रोल चल। लोगों यही है कि ध्यान रखन वैसे क्योंकि पानी हैगा, इसलिए सुचेत रहन, पर अफवाहों पर ध्यान ना देन, कोई बंद किसी प्रकार पास कोई ब्रीच नहीं होया। सो यही मैं सुनेहा देना चाहता समस्या मेरे वेखो भी सारे लोग गरीब घर ने और रोटी किवें खाते ने उन्होंने पता है, किसी नहीं पता क्योंकि अपनी अपनी रोटी आप कमा के खानी होंगी, वो सब गरीबों पता है किसी अमीर नहीं पता। अमीर ने तो कुर्सियां बहना तो कुर्सियां कमा छड़नियां ने तो दुनिया ने वेख छड़ना, ये नहीं वेखना किसी ने किसी के घर पकती कि नहीं पकती। तो पानी अज तो 10 दिन हो गए ने, पानी इसे तरह चलता रहा चलता रहा, बारिशा रोकियां दर खुले से उन्होंने दर बंद कर दिए ने। तुम ये दसो भी पिंड हबीब क्या वाला अली क्या वाला दुलची क्या वाला कितने जाएंगे दसो पहले मैंने, इतने कोई वेखन वाला नहीं जे, कोई जखन वाला नहीं जे, तो कोई किसी ने पूछने वाला नहीं है। पानी पानी तो आ चुका जी, हाँ जी पिंड बहुत नीवे ने, जे पानी आ गया तो साढ़े छत तो उपर जाना। बिलकुल जी सिमना शुरू हो गया, असि हूँ दसो भी अभी कर सकते की कर रहे जी, कोई कह रहा इतने गट्टे नहीं लगने, कोई कह रहा इतने पत्थर नहीं लगने, दुनिया डुबनी है, कोई कुछ नहीं कर रहा जी। गल्लां करन वाले सारे ने मंग असीं इही करदे आ, साडा जिहड़ियां नोचां ने वधाईयां जाण बणाईयां जाण, जो मरम्मत इहदी होणी चाहीदी है। इह अग्गे हुण सरकार नूं वेखो वी लगदा कि पहलां होणियां चाहीदियां सी, कम्म मौके ते क्यों हो रहे ने। सरकार नूं पता है सर जी, इह सारिआं नूं पता हुंदा है वी इह चीज़ पहलां होणी चाहीदी कि नहीं होणी चाहीदी। तुहानूं इस गल दा मैं अग्गे वी दस चुकी हाँ वी असीं गरीब करदे आ, रोटी ताज़ी घर दे विच घरां च कम्म करन वाले असीं बंदे आ, मेहनत करन वाले बंदे ने, दिहाड़ीदार मजदूर वो इत्थे करनगे कि उत्थे करनगे, तुसीं दसो पहलां जे उत्थे करनगे ते इत्थे सानूं रोटी कौन देगा। कोई सरकार नहीं आके देगी, कोई किसी नूं कोई है नहीं भी मतलब कोई दुनिया कित्थे रहिंदी ते कित्थे नहीं रहिंदी। जे तगड़े बंदिआं नाल गल करीदी ते तगड़े असपन पांदे असकन कढ दिंदे। की नाम है जी तुहाडा? मेरा नाम सुनीता है जी।